21ਵਾਂ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਗੁਰਸਿੱਖਾਂ ਦੇ ਭਲੇ ਵਾਸਤੇ ਇਹ ਉਚਾਰਨ ਕੀਤਾ ਕਿ ਖਾਲਸਾ ਜੀ ਆਪ ਜੀ ਨੇ ਕਿਸੇ ਦੀ ਨਿੰਦਾ ਚੁਗਲੀ ਤੇ ਈਰਖਾ ਨਹੀਂ ਕਰਨੀ ਗੁਰੂ ਘਰ ਦੇ ਅੰਦਰ ਜਿਵੇਂ ਹਉਮੈ ਨੂੰ ਜਗ੍ਹਾ ਨਹੀਂ ਦਿੱਤੀ ਗਈ ਉਸੇ ਤਰ੍ਹਾਂ ਨਿੰਦਾ ਨੂੰ ਵੀ ਜਗ੍ਹਾ ਨਹੀਂ ਮਿਲੀ ਹੈ ਹੋਮਾ ਕਰਕੇ ਮਨੁੱਖ ਪਰਮੇਸ਼ਰ ਤੋਂ ਟੁੱਟਦਾ ਹੈ ਤੇ ਨਿੰਦਾ ਕਰਕੇ ਮਨੁੱਖ ਸੰਸਾਰ ਦੇ ਨਾਲੋਂ ਟੁੱਟ ਜਾਂਦਾ ਹੈ ਕੁਰਬਾਨੀ ਦੇ ਅੰਤਰ ਬੇਅੰਤ ਪ੍ਰਮਾਨ ਨਿੰਦਾ ਦੇ ਪਰਥਾਏ ਮਿਲਦੇ ਨੇ ਜਿਵੇਂ ਉਚਾਰਣ ਹੈ ਕਿ ਨਿੰਦਾ ਭਲੀ ਕਿਸੇ ਕੀ ਨਹੀਂ ਕਿ হে ਭਾਈ ਜੋ ਇਹ ਨਿੰਦਿਆ ਕਰਨੀ ਹੈ ਇਹ ਭਲੀ ਨਹੀਂ ਹੈ ਨਿੰਦਾ ਭਲੀ ਕਿਸੇ ਕੀ ਨਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿਨਾ ਨਿੰਦਕਾ ਨਰਕੇ ਘੋਰ ਪਚਨ ਕਿ ਅਖੀਰ ਵੇਲੇ ਉਹਨਾਂ ਬੁਰਖਾਂ ਦੇ ਜਿਹੜੇ ਕਿਸੇ ਦੀ ਨਿੰਦਿਆ ਕਰਦੇ ਨੇ ਜਦੋਂ ਉਹ ਇਸ ਲੋਕ ਤੋਂ ਪਰਲੋਕ ਵਿੱਚ ਜਾਂਦੇ ਨੇ ਉੱਥੇ ਵੀ ਮੂੰਹ ਕਾਲਾ ਹੁੰਦਾ ਪਰ ਜਿਸ ਲੋਕ ਵਿੱਚ ਉਹ ਰਹਿੰਦੇ ਨੇ ਉੱਥੇ ਵੀ ਉਹਨਾਂ ਦਾ ਨਿੰਦਿਆ ਕਰਕੇ ਮੂੰਹ ਕਾਲਾ ਹੁੰਦਾ ਹੈ ਕਿਉਂਕਿ ਪਰਾਇ ਨਿੰਦਾ ਮਨੁੱਖ ਜਦੋਂ ਕਰਦਾ ਹੈ ਤੇ ਸਤ ਜਾਣਿਉ ਉਹ ਆਪਣੇ ਅੰਦਰ ਉਸ ਮਨੁੱਖ ਦੀ ਗੰਦੀ ਜੋ ਮੈਲ ਹੈ ਉਹ ਆਪਣੇ ਅੰਦਰ ਲਾ ਲੈਂਦਾ ਹੈ ਪਰਾਈ ਨਿੰਦਾ ਕਰੇ ਅੰਤਰ ਮਲ ਲਾਏ ਇਹ ਗੁਰਬਾਣੀ ਦਾ ਫੁਰਮਾਨ ਹੈ ਗੁਰਮੁਖੋ ਜਿਵੇਂ ਗੁਰਬਾਣੀ ਦੇ ਅੰਦਰ ਮੈਂ ਪਹਿਲਾਂ ਬੇਨਤੀ ਕੀਤੀ ਕਿ ਹਉਮੈ ਪਰਵਾਨ ਨਹੀਂ ਓਵੇਂ ਨਿੰਦਾ ਨੂੰ ਵੀ ਕੋਈ ਪਰਵਾਨਗੀ ਨਹੀਂ ਦਿੱਤੀ ਗਈ ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਨੇ ਕਿ ਨਿੰਦਾ ਕਰ ਕਰ ਬੋਹ ਪਾਰ ਉਠਾਵੈ ਬਿਨ ਮਜੂਰੀ ਭਾਰ ਪਹੁੰਚਾਉਣਿਆ ਆਮ ਤੌਰ ਤੇ ਜਦੋਂ ਅਸੀਂ ਸਟੇਸ਼ਨ ਤੇ ਜਾਂਦੇ ਆ ਤੇ ਉੱਥੇ ਸਮਾਨ ਚੱਕਣ ਵਾਸਤੇ ਕੁਲੀ ਨੂੰ ਰੱਖਿਆ ਜਾਂਦਾ ਹੈ ਤੇ ਕੁਲੀ ਜਦੋਂ ਸਮਾਨ ਚੁੱਕਦਾ ਤੇ ਉਸ ਕੁਲੀ ਨੂੰ ਆਪਾਂ ਪੈਸੇ ਵੀ ਦਿੰਦੇ ਆ ਤੇ ਉਹਦਾ ਧੰਨਵਾਦ ਵੀ ਕਰਦੇ ਆ ਪਰ ਜਿਹੜੇ ਇਹ ਨਿੰਦਕ ਲੋਕ ਜਦੋਂ ਸਾਡੀ ਨਿੰਦਿਆ ਕਰਦੇ ਨੇ ਇਹ ਸਾਡਾ ਜਿਹੜਾ ਜਨਮ ਜਨਮਾਂ ਤਰਾਂ ਦੇ ਕੁ마ੜੇ ਕਰਮਾਂ ਦਾ ਕੀਤਾ ਹੋਇਆ ਜੋ ਪਾਪਾਂ ਦਾ ਭਾਰ ਹੈ ਉਹ ਨਿੰਦਾ ਕਰਨ ਵਾਲਾ ਮਨੁੱਖ ਆਪਣੇ ਸਿਰ ਤੇ ਚੁੱਕ ਲੈਂਦਾ ਹੈ ਤੇ ਸੱਤ ਜਾਣਿਓ ਉਹਦੀ ਕੋਈ ਮਜ਼ਦੂਰੀ ਵੀ ਨਹੀਂ ਲੈਂਦਾ ਦਾਸ ਦੇ ਵਿਦਿਆਦਾਤੇ ਮਹਾਂਪੁਰਖ ਜਦੋਂ ਵਿਦਿਆ ਪੜਾਇਆ ਕਰਦੇ ਸੀ ਗਿਆਨੀ 인ਦਰਜੀਤ ਸਿੰਘ ਜੀ ਤੇ ਉਹ ਇੱਕ ਵਚਨ ਕਰਿਆ ਕਰਦੇ ਸੀ ਕਿ ਨਿੰਦਕ ਦਾ ਜੋ ਦਰਜਾ ਹੈ ਉਹ ਮਾਂ ਤੋਂ ਵੀ ਵੱਡਾ ਹੈ ਕਿਉਂਕਿ ਜਦੋਂ ਬੱਚਾ ਬਚਪਨ ਦੇ ਵਿੱਚ ਆਪਣੇ ਬਿਸਤਰੇ ਤੇ ਹੀ ਮਲਮੂਤਰ ਪੇਸ਼ਾਬ ਆਦਕ ਕਰਦਾ ਤੇ ਉਹਦੀ ਮਾਂ ਉਹਦੀ ਗੰਦਗੀ ਨੂੰ ਉਦੀ ਵਿਸ਼ਟਾ ਨੂੰ ਆਪਣੇ ਹੱਥਾਂ ਦੇ ਨਾਲ ਸਾਫ਼ ਕਰਦੀ ਹੈ ਪਰ ਜੋ ਨਿੰਦਕ ਹੈ ਉਹ ਪਰਾਏ ਬੰਦੇ ਦੀ ਗੰਦਗੀ ਨੂੰ ਆਪਣੇ ਮੂੰਹ ਦੇ ਨਾਲ ਸਾਫ਼ ਕਰਦਾ ਹੈ ਉਸ ਮਨੁੱਖ ਦੀ ਨਿੰਦਾ ਕਰ ਕਰਕੇ ਗੁਰਮੁਖੋ ਬਾਣੀ ਪੜੋ ਕਬੀਰ ਜੀ ਨੇ ਕਿੰਨਾ ਸੋਹਣਾ ਫੁਰਮਾਨ ਕੀਤਾ ਹੈ ਕਬੀਰ ਜੀ ਕਹਿੰਦੇ ਕਿ ਨਿੰਦੋ ਨਿੰਦੋ ਮੋ ਕੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਨਿੰਦਾ ਬਾਪ ਨਿੰਦਾ ਮਹਤਾਰੀ ਨਿੰਦਾ ਹੋਏ ਤਾਂ ਬੈਕੁੰਠ ਜਾਈ ਹੈ ਕਹਿੰਦੇ ਜੇ ਕੋਈ ਸਾਡੀ ਨਿੰਦਾ ਕਰੇਗਾ ਨਾ ਤੇ ਸਾਨੂੰ ਤਾਂ ਸੱਚਖੰਡ ਮਿਲਣਾ ਹੈ ਨਾਮ ਪਦਾਰਥ ਮਨਹ ਬਸਾਈਐ ਰਿਦਾ ਸੁਧ ਜੋ ਨਿੰਦਾ ਹੋਏ ਹਮਰੇ ਕਪਰੇ ਨਿੰਦਕ ਧੋਏ ਨਿੰਦ ਕਰੈ ਸੋ ਹਮਰਾ ਮੀਤ ਨਿੰਦਕ ਮਾਹੇ ਹਮਾਰਾ ਚੀਤ ਨਿੰਦਕ ਸੋ ਜੋ ਨਿੰਦਾ ਤੋ ਹੋ ਰਹਾ ਹੈ ਹਮਰਾ ਜੀਵਨ ਨਿੰਦਕ ਲੋਰੈ ਨਿੰਦਾ ਹਮਰੀ ਪ੍ਰੇਮ ਪਿਆਰ ਨਿੰਦਾ ਹਮਰਾ ਕਰੈ ਉਧਾਰ ਜਨ ਕਬੀਰ ਕੋ ਨਿੰਦਾ ਸਾਰ ਨਿੰਦਕ ਡੂਬਾ ਹਮ ਉਤਰੇ ਪਾਰ ਕਬੀਰ ਜੀ ਕਹਿੰਦੇ ਨੇ ਕਿ ਮੈਨੂੰ ਤੇ ਨਿੰਦਾ ਭਲੀ ਹੈ ਕਿਉਂਕਿ ਜਿਹੜਾ ਮਨੁੱਖ ਨਿੰਦਿਆ ਕਰੇਗਾ ਨਾ ਕਹਿੰਦੇ ਉਸ ਮਨੁੱਖ ਨੇ ਡੁੱਬ ਜਾਣਾ ਪਰ ਜੇ ਇਸ ਮਨੁੱਖ ਦੀ ਨਿੰਦਿਆ ਹੋਵੇਗੀ ਗੁਰੂ ਪਿਆਰਿਓ ਉਸ ਮਨੁੱਖ ਨੇ ਤਰ ਜਾਣਾ ਹੈ ਇੱਕ ਵਾਰ ਕਿਸੇ ਰਾਜੇ ਦੇ ਕੋਲ ਇੱਕ ਸਾਧੂ ਮਹਾਤਮਾ ਗਏ ਉਹ ਸਾਧੂ ਮਹਾਤਮਾ ਜਦੋਂ ਪਹੁੰਚੇ ਉਹ ਰਾਜਾ ਤਬੇਲੇ ਦੇ ਵਿੱਚ ਕੰਮ ਕਰਦਾ ਸੀ ਜਦੋਂ ਤਬੇਲੇ 'ਚ ਕੰਮ ਕਰ ਰਿਹਾ ਤੇ ਆਪਣੇ ਨੌਕਰਾਂ ਦੇ ਉੱਪਰ ਬੜਾ ਗੁੱਸੇ ਵਿੱਚ ਸੀ ਮਹਾਂਪੁਰਖਾਂ ਨੇ ਕਿਹਾ ਕਿ हे ਭਾਈ ਠਿਖਿਆ ਦਿਓ ਉਸ ਰਾਜੇ ਨੇ ਗੁੱਸੇ ਵਿੱਚ ਆ ਕਰਕੇ ਉਸ ਸਾਧੂ ਦੀ ਝੋਲੀ ਦੇ ਵਿੱਚ ਘੋੜਿਆਂ ਦੀ ਲਿੱਦ ਪਾ ਦਿੱਤੀ ਜਦੋਂ ਉਹ ਸਾਧੂ ਦੇ ਝੋਲੀ ਵਿੱਚ ਉਹ ਬਿਸਟਾ ਪਾਈ ਤੇ ਸਾਧੂ ਕਹਿੰਦੇ ਤੇਰਾ ਭਲਾ ਹੋਵੇ ਤੇਰਾ ਦਿੱਤਾ ਹੋਇਆ ਇਹ ਜੋ দান ਹੈ ਭਾਈ ਇਹ ਵਧੇ ਮਹਾਪੁਰਖ ਇਹ ਗੱਲ ਕਹਿ ਕੇ ਅੱਗੇ ਚਲੇ ਗਏ ਇੱਕ ਵਾਰ ਉਹ ਰਾਜਾ ਸ਼ਿਕਾਰ ਖੇਡਦਾ ਖੇਡਦਾ ਜਦੋਂ ਜੰਗਲ ਦੇ ਵਿੱਚ ਗਿਆ ਤੇ ਜੰਗਲ ਦੇ ਵਿੱਚ ਜਾ ਕੇ ਉਹ ਇੱਕ ਜਗ੍ਹਾ ਦੇਖਦਾ ਕਿ ਜਿੱਥੇ ਬਹੁਤ ਢੇਰਾਂ ਦੇ ਢੇਰ ਘੋੜਿਆਂ ਦੀ ਗੰਦਗੀ ਦੇ ਪਏ ਹੋਏ ਨੇ ਹੁਣ ਦੇਖਦਾ ਕਿ ਇੱਥੇ ਨਾ ਕੋਈ ਘੋੜਾ ਹੈ ਨਾ ਹੀ ਇੱਥੇ ਕੋਈ ਇਤਨੀ ਫੌਜ ਆਈ ਹੈ ਇਹ ਇੰਨੀ ਬਿਸ਼ਟਾ ਆ ਕਿੱਥੋਂ ਗਈ ਉਸੇ ਵੇਲੇ ਉਹ ਕੋਲ ਦੇਖਦਾ ਤੇ ਉਹੀ ਸਾਧੂ ਮਹਾਂਪੁਰਖ ਨਾਮ ਬਾਣੀ ਦੇ ਰੰਗ ਵਿੱਚ ਰੰਗੇ ਹੋਏ ਸੀ ਉਹਨੇ ਪੁੱਛਿਆ ਕਿ ਇਹ ਕਿਵੇਂ ਹੋ ਗਿਆ ਇਤਨੀ ਗੰਦਗੀ ਕਿੱਥੋਂ ਆ ਗਈ ਉਹ ਸਾਧੂ ਕਹਿੰਦੇ ਕਿ हे ਰਾਜਨ ਤੂੰ ਜਿਸ ਸਮੇ ਅਸੀਂ ਤੇਰੇ ਦਰ ਤੇ ਭਿਖਿਆ ਮੰਗਣ ਗਏ ਸੀ ਤੋ ਉਸ ਸਮੇ ਸਾਡੀ ਝੋਲੀ ਦੇ ਵਿੱਚ ਇਹ ਘੋੜਿਆਂ ਦੀ ਲਿੱਧ ਪਾ ਦਿੱਤੀ ਸੀ ਤੇ ਇਹੀ ਤੇਰਾ ਦਾਨਪੁਨ ਹੁਣ ਵਧਿਆ ਹੈ ਤੇ ਕਹਿੰਦੇ ਹੁਣ ਇਹਦਾ ਇਲਾਜ ਕੀ ਆ ਕਹਿੰਦੇ ਇਹ ਤੇ ਤੈਨੂੰ ਹੁਣ ਖਾਣਾ ਹੀ ਪੈਣਾ ਕਹਿੰਦੇ ਮਹਾਂਪੁਰਖੋ ਇਹਦਾ ਕੋਈ ਇਲਾਜ ਦੱਸ ਦਿਓ ਇਹਦਾ ਕੋਈ ਹੱਲ ਦੱਸ ਦਿਓ ਉਹ ਕਹਿੰਦੇ ਕਿ ਜੇਕਰ ਕੋਈ ਤੇਰੀ ਇਤਨੀ ਨਿੰਦਾ ਕਰੇ ਇਤਨੀ ਨਿੰਦਾ ਕਰੇ ਕਿ ਤੇਰਾ ਇਹ ਜਿਹੜਾ ਕੀਤਾ ਹੋਇਆ ਦਾਨਪੁਨ ਜਿਹੜਾ ਵਧਿਆ ਹੈ ਉਹ ਉਸ ਨਿੰਦਾ ਦੇ ਨਾਲ ਖਤਮ ਹੋ ਸਕਦਾ ਹੈ ਹੁਣ ਰਾਜੇ ਨੇ ਘਰੇ ਗਿਆ ਘਰੇ ਜਾ ਕੇ ਸ਼ਰਾਬ ਪੀਤੀ ਤੇ ਇੱਕ ਸ਼ਰਾਬ ਦੀ ਬੋਤਲ ਹੱਥ ਵਿੱਚ ਫੜ ਕੇ ਉਹ ਹਾਥੀ ਤੇ ਚੜ ਗਿਆ ਤੇ ਨਾਲ ਆਪਣੀ ਬੇਟੀ ਨੂੰ ਬਿਠਾ ਲਿਆ ਹੁਣ ਉਹ ਪੂਰੇ ਪਿੰਡ ਦੇ ਵਿੱਚ ਘੇੜਾ ਮਾਰਦਾ ਸਾਰੇ ਲੋਕੀ ਦੇਖਦੇ ਨੇ ਥੂ ਥੂ ਕਰਦੇ ਨੇ ਕਿ ਰਾਜਾ ਆਪਣੀ ਬੇਟੀ ਨੂੰ ਬਿਠਾ ਕਰਕੇ ਸ਼ਰਾਬ ਪੀ ਕੇ ਐ ਕੀ ਕੁਕਰਮ ਕਰਦਾ ਫਿਰਦਾ ਹੈ ਹੁਣ ਜਿਉਂ ਜਿਉਂ ਲੋਕੀ ਉਸ ਦੀ ਨਿੰਦਿਆ ਕਰਦੇ ਨੇ ਜਦੋਂ ਤੇ ਉਹ ਦੂਜੇ ਪਾਸੇ ਉਹ ਜਿਹੜੀ ਘੋੜਿਆਂ ਦੀ ਲਿੱਦ ਸੀ ਉਹ ਘਟਣੀ ਸ਼ੁਰੂ ਹੋ ਜਾਂਦੀ ਹੈ ਹੁਣ ਉਸ ਤੋਂ ਬਾਅਦ ਉਹ ਜਦੋਂ ਵਾਪਸ ਜੰਗਲ ਵਿੱਚ ਜਾਂਦਾ ਹੈ ਤੇ ਥੋੜੀ ਜੀ ਜਿਹੜੀ ਘੋੜਿਆਂ ਦੀ ਬਿਸ਼ਟਾ ਸੀ ਉਹ ਬਚ ਜਾਂਦੀ ਹੈ ਮਹਾਪੁਰਖਾਂ ਨੂੰ ਪੁੱਛਿਆ ਇਹ ਕਿਵੇਂ ਬਚ ਗਈ ਕਹਿੰਦੇ ਭਈ ਇਸ ਨਗਰ ਦੇ ਵਿੱਚ ਕੋਈ ਨਾ ਕੋਈ ਐਸਾ ਮਨੁੱਖ ਜ਼ਰੂਰ ਹੈ ਜਿਹੜਾ ਕਿਸੇ ਦੀ ਨਿੰਦਿਆ ਨਹੀਂ ਕਰਦਾ ਜਦੋਂ ਪਤਾ ਲੱਗਿਆ ਉਸ ਮਨੁੱਖ ਨੂੰ ਬੁਲਾਇਆ ਉਹ ਕਹਿੰਦਾ ਕਿ ਨਿੰਦਾ ਕਰਨੀ ਤਾਂ ਦੂਰ ਦੀ ਗੱਲ ਮੈਂ ਕਿਸੇ ਮਨੁੱਖ ਦੀ ਨਿੰਦਾ ਸੁਣਦਾ ਵੀ ਨਹੀਂ ਹਾਂ ਕਿਉਂਕਿ ਜੋ ਨਿੰਦਾ ਸੁਣਣੀ ਹੈ ਲਾ ਉਹ ਪਰਾਇ ਬਿਸ਼ਟਾ ਫਰੋਲਨ ਦੇ ਸਮਾਨ ਹੈ ਇਸ ਕਰਕੇ ਬਾਣੀ ਦਾ ਬਚਨ ਹੈ ਕਿ ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕਰੋਧ ਚੰਡਾਲ ਗੁਰੂ ਪਿਆਰਿਓ ਇਸ ਕਰਕੇ ਇਹ ਨਿੰਦਾ ਨੂੰ ਗੁਰਮਤ ਦੇ ਅੰਦਰ ਕੋਈ ਵੀ ਜਗ੍ਹਾ ਨਹੀਂ ਮਿਲੀ ਹੈ ਜਿਵੇਂ ਨਿੰਦਾ ਕਰਨੀ ਮਾੜੀ ਹੈ ਤੇ ਸਤ ਜਾਣਿਓ ਉਥੇ ਉਸਤਤੀ ਕਰਨੀ ਵੀ ਬਹੁਤ ਜ਼ਿਆਦਾ ਮਾੜੀ ਹੈ ਕਿਉਂਕਿ ਜਦੋਂ ਮਨੁੱਖ ਕਿਸੇ ਦੀ ਨਿੰਦਿਆ ਕਰਦਾ ਹੈ ਤੇ ਮਨੁੱਖ ਝੂਠ ਬੋਲ ਕੇ ਨਿੰਦਾ ਕਰਦਾ ਹੈ ਤੇ ਜਦੋਂ ਫਿਰ ਮਨੁੱਖ ਕਿਸੇ ਦੀ ਉਸਤਤ ਕਰਦਾ ਹੈ ਤੇ ਉਸਤਤ ਕਰਨ ਵਾਸਤੇ ਵੀ ਮਨੁੱਖ ਨੂੰ ਝੂਠ ਬੋਲਣਾ ਪੈਂਦਾ ਹੈ ਇਸ ਕਰਕੇ ਜਿਹੜੇ ਮਹਾਪੁਰਖ ਹੁੰਦੇ ਨੇ ਸਾਧੂ ਹੁੰਦੇ ਨੇ ਉਹ ਨਿੰਦਾ ਨੂੰ ਵੀ ਛੱਡਦੇ ਨੇ ਤੇ ਉਸਤਤ ਨੂੰ ਵੀ ਛੱਡਦੇ ਨੇ ਉਸਤਤ ਨਿੰਦਾ ਦੋਊ ਤਿਆਗਾ ਖੋਜਾ ਪਦ ਨਿਰਵਾਨਾ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਕੀਤਾ ਕਿ ਹਉ ਤਿਸ ਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੈ ਕਹਿੰਦੇ ਭਾਈ ਮੈਂ ਉਸ ਗੁਰਸਿੱਖ ਤੋਂ ਬਲਿਹਾਰ ਜਾਂਦਾ ਮੈਂ ਉਸ ਗੁਰਸਿੱਖ ਤੋਂ ਕੁਰਬਾਨ ਜਾਂਦਾ ਹਾਂ ਜਿਹੜਾ ਗੁਰਸਿੱਖ ਪਰਾਈ ਦੀ ਨਿੰਦਾ ਨੂੰ ਸੁਣਦਾ ਵੀ ਨਹੀਂ ਹੈ ਗੁਰਮੁਖੋ ਗੁਰਬਾਣੀ ਜਦੋਂ ਭਾਈ ਗੁਰਦਾਸ ਜੀ ਦੇ ਕਵਿਤਾ ਸਵਈਆਂ ਤੇ ਵਾਰਾਂ ਨੂੰ ਪੜ੍ਹਦੇ ਆ ਨਾ ਤੇ ਸਤ ਜਾਨਿਓ ਇਹਦੇ ਵਿੱਚ ਬਚਨ ਆਉਂਦਾ ਹੈ ਕਿ ਸੰਸਾਰ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਗੁਰੂ ਦੀ ਨਿੰਦਾ ਕੀਤੀ ਉਹਨਾਂ ਦਾ ਸੰਸਾਰ ਤੇ ਰਿਆ ਕੱਖ ਨਹੀਂ ਇੱਕ ਗੁਰਮਤ ਅਨੁਸਾਰ ਧੰਗ ਗੁਰੂ 10ਵੇਂ ਪਾਤਸ਼ਾਹੀ ਵੀ ਇਹ ਗੱਲ ਕਹਿੰਦੇ ਨੇ ਕਹਿੰਦੇ ਭਾਈ ਆਪਣੀ ਤੁਹਾਡੀ ਜੇਕਰ ਕੋਈ ਨਿੰਦਾ ਕਰਦਾ ਤੇ ਸੁਣ ਲਵੋ ਕਹਿੰਦੇ ਪਰ ਜੇ ਕੋਈ ਗੁਰੂ ਦੀ ਨਿੰਦਾ ਕਰੇ ਨਾ ਤੇ ਗੁਰੂ ਦੀ ਨਿੰਦਾ ਨਾ ਕਦੇ ਕਿਸੇ ਕੋਲ ਸੁਣਿਓ ਜੇ ਗੁਰ ਕੀ ਨਿੰਦ ਸੁਨੈ ਨਹਿ ਕਾਨ ਕਰੈ ਨਿੰਦ ਤੇ ਸਭੇਟੋ ਕਰਪਾਨ ਕਹਿੰਦੇ ਉਸ ਮਨੁੱਖ ਨੂੰ ਜਿਹੜਾ ਗੁਰੂ ਦੀ ਨਿੰਦਿਆ ਕਰਦਾ ਹੈ ਕਹਿੰਦੇ ਉਹਨੂੰ ਕਰਪਾਨ ਦੇ ਨਾਲ ਉਹਨੂੰ ਮਾਰ ਸੁੱਟੋ ਗੁਰਮੁਖੋ ਧਾਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਜਦੋਂ ਤਪੇ ਨੇ ਬੁਰਾਈ ਕੀਤੀ ਤੇ ਤਪਾ ਜਦੋਂ ਮਰ ਕੇ ਗਿਆ ਨਾ ਗੁਰੂ ਪਿਆਰਿਓ ਫਿਰ ਪ੍ਰਲੋਕ ਵਿੱਚ ਤੇ ਧਰਮ ਰਾਜੇ ਨੇ ਫਿਰ ਇਹ ਵਚਨ ਕੀਤਾ ਸੀ ਧਰਮ ਰਾਜਾ ਜਮਦੂਤਾ ਨੂੰ ਆਖਿਆ ਤਪੈ ਨੂੰ ਉਥੇ ਖੜ ਪਾਏ ਹੋ ਜਿੱਥੇ ਮਹਾ ਮਹਾ ਹਤੇ ਆ ਰਿਹਾ ਕਹਿੰਦੇ ਇਹਨੂੰ ਉਥੇ ਸਠਿਓ ਜਿੱਤੇ ਕੁੰਭੀ ਨਰਕ ਹੋਵੇ ਕੁੰਭੀ ਨਰਕ ਦੇ ਵਿੱਚ ਵੀ ਗੁਰੂ ਪਿਆਰਿਓ ਨਿੰਦਕਪੁਰਖ ਨੂੰ ਜਗ੍ਹਾ ਨਹੀਂ ਮਿਲਦੀ ਹੈ ਭਾਈ ਗੁਰਦਾਸ ਜੀ ਕਹਿੰਦੇ ਨੇ ਕਹਿੰਦੇ ਨਿੰਦਾ ਕਰ ਹਰਨਾਖਸ ਹੈ ਵੇਖੋ ਫਲ ਵੱਟੇ ਲੰਕ ਲੁਟਾਈ 라ਵਣ ਹੈ ਮਸਤਕ 10 ਕੱਟੇ ਕੰਸ ਗਿਆ ਸਥਨ ਲਸ਼ਕਰ ਹੈ ਸਭ ਦੇਤ ਸੰਘਟੇ ਵੰਸ਼ ਗਵਾਇਆ ਕੈਰਵਾ ਖੋਹਣ ਲਖ ਫੱਟੇ ਦੰਤ ਬਗਤਰ ਸਿਸਪਾਲ ਦੇ ਦੰਦ ਹੋਏ ਖੱਟੇ ਨਿੰਦਾ ਕੋਈ ਨਾ ਸਿਜਿਓ ਉਹ ਵੇਦ ਉਹ ਘਟੇ ਦੁਰਵਾਸੇ ਦੇ ਸਰਾਪ ਨੇ ਯਾਦਵ ਸਭ ਟੱਟੇ ਪਾਪ ਕਿ ਜੇਕਰ ਦੁਰਵਾਸ਼ੇ ઋષਿ ਨੂੰ ਗੁਰੂ ਪਿਆਰਿਓ ਯਾਦਵਾ ਨੇ ਮਜ਼ਾਕ ਕੀਤਾ ਤੇ ਸਤ ਜਾਣਿਓ ਯਾਦਵਾ ਦੀ ਕੁਲ ਨਾਸ ਹੋ ਗਈ ਹਰਨਾਖਸ਼ ਨੇ ਆਪਣੇ ਗੁਰੂ ਦੀ ਨਿੰਦਾ ਕੀਤੀ ਨਾਰਦ मुनि ਦੀ ਤੇ ਹਰਨਾਖਸ਼ ਦਾ ਸੰਸਾਰ ਤੇ ਅਜ ਨਾਮ ਲੈਣ ਵਾਲਾ ਵੀ ਕੋਈ ਨਹੀਂ ਹੈ ਰਾਵਣ ਨੇ ਨਿੰਦਾ ਕੀਤੀ ਅਜ ਰਾਵਣ ਆਪਣੇ 10 ਸਿਰਾਂ ਨੂੰ ਲਟਾ ਕਰਕੇ ਸੰਸਾਰ ਤੋਂ ਚਲੇ ਆ ਗਿਆ 1 ਲੱਖ ਪੁੱਤ ਸਵਾ ਲੱਖ ਨਾਤੀ ਤੇ ਰਾਵਣ ਕਰ ਦਿਆ ਨਾ ਬਾਤੀ ਭਾਪ ਜਿਸ ਜਿਸ ਨੇ ਵੀ ਆਪਣੇ ਗੁਰੂ ਦੀ ਨਿੰਦਾ ਕੀਤੀ ਹੈ ਮਹਾਰਾਜ ਜੀ ਦਾ ਬਚਨ ਹੈ ਜੇ ਕੋਈ ਨਿੰਦਾ ਕਰੇ ਸਤ ਗੁਰੂ ਕੀ ਸੋ ਔਖਾ ਜਗ ਮਹਿ ਹੋਇਆ ਕਹਿੰਦੇ ਭਾਈ ਜੇਕਰ ਕੋਈ ਪੂਰੇ ਸਤਗੁਰੂ ਦੀ ਨਿੰਦਾ ਕਰਦਾ ਹੈ ਨਾ ਜੇ ਜੇ ਕੋਈ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਓਖਾ ਜਗ ਮੈਂ ਹੋਇਆ ਮਹਾਰਾਜ ਇੱਕ ਜਗ੍ਹਾ ਹੋਰ ਫਰਮਾਨ ਕਰਦੇ ਨੇ ਕਹਿੰਦੇ ਕੋਈ ਨਿੰਦਾ ਕਰੇ ਪੂਰੇ ਸਤਗੁਰੂ ਕੀ ਤਿਸ ਨੂੰ ਫਿਟ ਫਿਟ ਕਰ ਸਭ ਸੰਸਾਰ ਕਹਿੰਦੇ ਉਸ ਮਨੁੱਖ ਨੂੰ ਸਾਰੇ ਫਿਰ ਤ੍ਰਿਗੇ ਆਖਦੇ ਨੇ ਫਿਟੇ ਮੂੰਹ ਆਖਦੇ ਨੇ ਜਿਹੜਾ ਮਨੁੱਖ ਆਪਣੇ ਗੁਰੂ ਦੀ ਨਿੰਦਿਆ ਕਰਦਾ ਹੈ ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਨਿੰਦਾ ਕਰਨ ਤੋਂ ਰੋਕਿਆ ਉਥੇ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਚੁਗਲੀ ਤੋਂ ਵੀ ਰੋਕਿਆ ਹੈ ਨਿੰਦਾ ਮੈਂ ਬੇਨਤੀ ਕਰਦਾ ਜਾਵਾਂ ਕਿ ਜਿਵੇਂ ਕਾਂ ਨੂੰ ਤੁਸੀਂ ਕਪੂਰ ਪਾ ਦਿਓ ਨਾ ਤੇ ਉਸ ਨੇ ਬਿਸਟਾ ਦੇ ਅੰਦਰ ਹੀ ਮੂੰਹ ਮਾਰਨਾ ਹੈ ਗਧੇ ਨੂੰ ਤੁਸੀਂ ਗੁਰੂ ਪਿਆਰਿਓ ਚੰਦਨ ਲਾ ਦਿਓ ਉਹਨੇ ਤਾਂ ਵੀ ਰੇਤੇ ਦੇ ਵਿੱਚ ਹੀ ਲਟਣਾ ਹੈ ਇਸੇ ਤਰ੍ਹਾਂ ਨਿੰਦਕਪੁਰਖ ਨੂੰ ਆਪ ਜੀ ਜਿੰਨਾ ਮਰਜ਼ੀ ਸਮਝਾ ਲਓ ਪਰ ਉਹਦਾ ਕਰਮ ਨਿੰਦਾ ਕਰਨਾ ਕਿਉਂਕਿ ਉਹ ਨਿੰਦਾ ਦੇ ਅੰਦਰ ਵਿਸ਼ਟਾ ਦਾ ਸਵਾਦ ਆ ਰਿਹਾ ਹੈ ਨਿੰਦਾ ਮਨੁੱਖ ਕਰਨ ਵਾਲਾ ਮਨੁੱਖ ਜੋ ਹੈ ਉਹ ਅੰਨਾ ਹੈ ਤੇ ਉਸ ਅੰਨੇ ਮਨੁੱਖ ਦੇ ਪਿੱਛੇ ਜਿਹੜਾ ਲੱਗਦਾ ਹੈ ਤੇ ਸੱਤ ਜਾਣਿਓ ਅੰਨਾ ਬੰਦਾ ਤੇ ਆਪ ਟੋਏ ਵਿੱਚ ਡਿੱਗਦਾ ਹੀ ਹੈ ਤੇ ਨਾਲ ਜਿਹੜਾ ਉਹਦੇ ਪਿੱਛੇ ਲੱਗ ਕੇ ਤੁਰਦਾ ਹੈ ਉਹ ਵੀ ਗੁਰੂ ਪਿਆਰੇ ਉਸੇ ਟੋਏ ਦੇ ਵਿੱਚ ਡਿੱਗ ਜਾਂਦਾ ਹੈ ਮਹਾਰਾਜ ਕਹਿੰਦੇ ਭਾਈ ਨਿੰਦਿਆ ਨਹੀਂ ਕਰਨੀ ਤੇ ਚੁਗਲੀ ਵੀ ਨਹੀਂ ਕਰਨੀ ਕਿਉਂਕਿ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ ਕਿ ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਕਹਿਆ ਸੁਣੀ ਚੁਗਲ ਕਹੇ ਭਾਈ ਇਹ ਪਰਮੇਸ਼ਰ ਦੀ ਵਡਿਆਈ ਵੱਡੀ ਹੈ ਉਦੋਂ ਵੱਡੀ ਹੈ ਤੂੰ ਜਦੋਂ ਕਿਸੇ ਚੁਗਲ ਦੀ ਗੱਲ ਨਹੀਂ ਜੇ ਸੁਣਨੀ ਹੈ ਕਿਉਂਕਿ ਆਪਾਂ ਅੱਜ ਆਮ ਤੌਰ ਤੇ ਵੇਖਦੇ ਆ ਕਿ ਮਨੁੱਖ ਆਮ ਤੌਰ ਤੇ ਇੱਕ ਦੂਜੇ ਦੀ ਅੱਜ ਕੱਲ ਚੁਗਲੀਆਂ ਕਰਨ ਤੇ ਤੂਰੇ ਰਹਿੰਦੇ ਨੇ ਮਹਾਰਾਜ ਬਾਣੀ ਚ ਕਹਿੰਦੇ ਨੇ ਕਹਿੰਦੇ ਨਿਤ ਚੁਗਲੀ ਕਰੈ ਅਣਹੋਦੀ ਪਰਾਇ ਮੋਹ ਕੱਢ ਨਾ ਸਕੈ ਉਸ ਦਾ ਕਾਲਾ ਪਿਆ ਭਾ ਮਨੁੱਖ ਚੁਗਲੀ ਕਰਦਾ ਤਮਾਸ਼ਾ ਵੇਖਣ ਵਾਸਤੇ ਕਿ ਮੈਂ ਤਮਾਸ਼ਾ ਦੇਖਾਂ ਜਦੋਂ ਉਹ ਕਿਸੇ ਦੀ ਚੁਗਲੀ ਕਰਦਾ ਹੈ ਤੇ ਉਹ ਇਹ ਗੱਲ ਕਹਿੰਦਾ ਕਿ ਭਾਈ ਖਬਰਦਾਰ ਇਹ ਗੱਲ ਕਿਸੇ ਹੋਰ ਦੇ ਅੱਗੇ ਨਾ ਕਰੇ ਉਹ ਮਨੁੱਖ ਕਿਸੇ ਦੇ ਅੱਗੇ ਗੱਲ ਕਰਦਾ ਤੇ ਉਹ ਜਿਹਦੇ ਅੱਗੇ ਗੱਲ ਕਰਦਾ ਉਹ ਕਿਸੇ ਦੇ ਅੱਗੇ ਗੱਲ ਕਰਦਾ ਇਸੇ ਤਰ੍ਹਾਂ ਗੱਲ ਨਿਕਲਦੀ ਨਿਕਲਦੀ ਲੋਕਾਂ ਵਿੱਚ ਜ਼ਾਹਰ ਹੋ ਜਾਂਦੀ ਆ ਪ੍ਰਗਟ ਹੋ ਜਾਂਦੀ ਆ ਤੇ ਜਿਹੜੇ ਮਨੁੱਖ ਨੇ ਚੁਗਲੀ ਕੀਤੀ ਸੀ ਕਿਵੇਂ ਤਮਾਸ਼ਾ ਦੇਖਾਂ ਜਦੋਂ ਲੋਕਾਂ ਨੂੰ ਪਤਾ ਲੱਗਦਾ ਕਿ ਉਸ ਮਨੁੱਖ ਨੇ ਚੁਗਲੀ ਕੀਤੀ ਹੈ ਤੇ ਸਤ ਜਾਣਿਓ ਉਹ ਮਨੁੱਖ ਦਾ ਗੁਰੂ ਪਿਆਰਿਓ ਆਪ ਸੰਸਾਰ ਦੇ ਵਿੱਚ ਤਮਾਸ਼ਾ ਬਣ ਜਾਂਦਾ ਹੈ ਉਹਦਾ ਖੋਟਾ ਪਾਜ ਉਹਦਾ ਜਿਹੜਾ ਝੂਠਾ ਚਿਹਰਾ ਹੈ ਉਹ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਮਹਾਰਾਜ ਫੁਰਮਾਨ ਕਰਦੇ ਨੇ ਕਿ ਚੁਗਲ ਨਿੰਦਕ ਭੁੱਖੇ ਮਰ ਗਏ ਕਿਦੇ ਭਾਈ ਜਿਹੜੇ ਚੁਗਲ ਨੇ ਨਾ ਤੇ ਨਿੰਦਕ ਜਿਹੜੇ ਪੁਰਸ਼ ਨੇ ਉਹ ਸੰਸਾਰ ਤੇ ਭੁੱਖੇ ਹੀ ਮਰਦੇ ਨੇ ਇਸ ਤਰ੍ਹਾਂ ਜਿਵੇਂ ਨਿੰਦਿਆ ਤੋਂ ਬਚ ਕੇ ਰਹਿਣਾ ਹੈ ਇਸੇ ਤਰ੍ਹਾਂ ਖਾਲਸਾ ਜੀ ਆਪ ਜੀ ਨੇ ਚੁਗਲੀ ਤੋਂ ਵੀ ਬਚ ਕੇ ਰਹਿਣਾ ਹੈ ਪਰ ਕਿਸੇ ਵਿਦਵਾਨ ਦਾ ਬਚਨ ਹੈ ਚੁਗਲਬਾਜ਼ ਨਾ ਚੁਗਲੀਆਂ ਬਾਜੇ ਹੁੰਦੇ ਗੱਲ ਕਹਿੰਦੀ ਕਹਿੰਦੀ ਕਹਿ ਜਾਂਦੇ ਪਰ ਸਤ ਜਾਣਿਓ ਪਰਲੋਕ ਦੇ ਵਿੱਚ ਇਹਨਾਂ ਦਾ منہ ਕਾਲਾ ਹੀ ਹੈ ਜਿੱਥੇ ਮਹਾਰਾਜ ਨਿੰਦਾ ਤੋਂ ਰੁਕਿਆ ਚੁਗਲੀ ਤੋਂ ਰੋਕਿਆ ਉਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਕਿਸੇ ਦੇ ਨਾਲ ਈਰਖਾ ਵੀ ਨਹੀਂ ਕਰਨੀ ਹੈ ਪਰ ਅੱਜ ਆਪਾਂ ਦੇਖਦੇ ਹਾਂ ਕਿ ਈਰਖਾ ਜਿੱਥੇ ਘਰਾਂ ਵਿੱਚ ਪ੍ਰਧਾਨ ਹੈ ਉਥੇ ਈਰਖਾ ਗੁਰੂ ਘਰਾਂ ਦੇ ਵਿੱਚ ਵੀ ਅੱਜ ਪ੍ਰਧਾਨ ਹੋ ਚੁੱਕੀ ਹੈ ਜੇ ਕੋਈ ਮਨੁੱਖ ਸੇਵਾ ਕਰਦਾ ਉਹ ਸੇਵਾ ਕਰ ਰਿਹਾ ਹੈ ਪਰ ਇਖਾ ਕਰਨ ਵਾਲਾ ਮਨੁੱਖ ਉਹਦੇ ਕੋਲ ਆਂਦਾ ਉਹਨੂੰ ਟੋਕਦਾ ਕਿ ਤੂੰ ਭਾਈ ਇਹ ਗਲਤ ਕਰ ਰਿਹਾ ਹੈ ਆਪ ਭਾਵੇਂ ਕਦੇ ਉਹਨੇ ਇੱਕ ਮਿੰਟ ਵੀ ਸੇਵਾ ਨਾ ਕੀਤੀ ਹੋਵੇ ਆਪ ਭਾਵੇਂ ਕਦੇ ਕਿਸੇ ਦਾ ਜੂਠਾ ਗਲਾਸ ਨਾ ਮਾਂਜਿਆ ਹੋਵੇ ਪਰ ਦੂਸਰਾ ਮਨੁੱਖ ਜਿਹੜਾ ਭਾਂਡਿਆਂ ਦੀ ਸੇਵਾ ਕਰ ਰਿਹਾ ਉਹਨੂੰ ਕਹਿੰਦਾ ਕਿ ਤੂੰ ਗਲਤ ਕਰ ਰਿਹਾ ਕਿਉਂਕਿ ਆਪ ਨਾ ਦੇਹ ਚੂਰੂ ਪਰ ਪਾਣੀ ਤਹ ਨਿੰਦਾ ਜਿਹ ਗੰਗਾ ਆਨੀ ਮਨੁੱਖ ਨਿੰਦਾ ਕਿਉਂ ਕਰਦਾ ਹੈ ਦੁਸ਼ਵੈਸ਼ ਕਿਉਂ ਕਰਦਾ ਹੈ ਕਿਉਂਕਿ ਜਦੋਂ ਮਨੁੱਖ ਨੂੰ ਗੁਰੂ ਪਿਆਰਿਓ ਦੂਸਰਾ ਨਜ਼ਰ ਆਉਂਦਾ ਹੈ ਜਦੋਂ ਦੂਸਰਾ ਨਜ਼ਰ ਆਉਂਦਾ ਹੈ ਉਦੋਂ ਹੀ ਦਵੇਸ਼ ਫੁਰਦੀ ਹੈ ਭਗਤਾਂ ਨੇ ਤੇ ਕੁੱਤਿਆਂ ਦੇ ਨਾਲ ਵੀ ਈਰਖਾ ਨਹੀਂ ਕੀਤੇ ਕਿਉਂਕਿ ਭਗਤਾਂ ਨੂੰ ਕੁੱਤਿਆਂ ਦੇ ਵਿੱਚ ਵੀ ਰੱਬ ਨਜ਼ਰ ਆਉਂਦਾ ਸੀ ਜੇ ਰੱਬ ਨਜ਼ਰ ਆਇਆ ਕੁੱਤੇ ਵਿੱਚ ਭਗਤ ਨਾਮਦੇਵ ਨੂੰ ਤੇ ਕੁੱਤਾ ਰੋਟੀ ਚੁੱਕ ਕੇ ਲੈ ਗਿਆ ਤੇ ਭਗਤ ਨਾਮਦੇਵ ਜੀ ਪਿੱਛੇ-ਪਿੱਛੇ ਉਹਦੇ ਦਾਲ ਲੈ ਕੇ ਭੱਜੇ ਨੇ ਕਿ ਹੇ ਭਗਵਾਨ ਇਹ ਤੂੰ ਲੁਕੀ ਰੋਟੀ ਕਿਉਂ ਖਾਣੀ ਹੈ ਆ ਫੜੇ ਦਾਲ ਦੇ ਨਾਲ ਪ੍ਰਸ਼ਾਦਾ ਸ਼ਕ ਉਹਨਾਂ ਨੇ ਈਰਖਾ ਕਿਉਂ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਜੋ ਦ੍ਰਿਸ਼ਟੀ ਸੀ ਉਹ ਇੱਕ ਹੋ ਚੁੱਕੀ ਸੀ ਉਹ ਸਾਰੇ ਸੰਸਾਰ ਵਿੱਚ ਜ਼ਮੀਨ ਜਮਾ ਕੇ ਵਿਖਿਆ ਸਮਸਤ ਏਕ ਜੋਤ ਹੈ ਉਹ ਸਾਰੇ ਸੰਸਾਰ ਵਿੱਚ ਪਰਮੇਸ਼ਰ ਦੀ ਜੋਤ ਨੂੰ ਦੇਖਦੇ ਸੀ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਇਹ ਨਿੰਦਾ ਚੁਗਲੀ ਤੇ ਜੋ ਈਰਖਾ ਹੈ ਇਹ ਆਪ ਜੀ ਨੇ ਨਹੀਂ ਕਰਨੀ ਇਹ 21ਵਾਂ ਬਚਨ ਸਤਿਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਉਚਾਰਨ